ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਹਰਿਆਣਾ ਟੀਚਰ एलिजिਬਿਲਟੀ ਟੈਸਟ ਲੈਵਲ 2 TGT ਪੰਜਾਬੀ ਲੈਵਲ 3 PGT ਪੰਜਾਬੀ ਦੇ ਲਈ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਇਹ ਥਿਉਰੀ ਲੈਕਚਰ ਨੇ ਜੀ ਥਿਉਰੀ ਲੈਕਚਰਸ ਤੋਂ ਇਲਾਵਾ ਜੋ MCQ ਪ੍ਰਸ਼ਨ ਨੇ ਉਹ ਵੀ ਤੁਸੀਂ ਸਾਡੇ YouTube ਚੈਨਲ ਦੇ ਉੱਪਰ ਦੇਖ ਸਕਦੇ ਹੋ ਤੇ ਹਰਿਆਣਾ ਟੀਚਰ एलिजिਬਿਲਟੀ ਟੈਸਟ ਦੀ ਪੂਰੀ ਤਿਆਰੀ ਕਰ ਸਕਦੇ ਹੋ 10th ਕਲਾਸ ਦੀ ਸਾਹਿਤਿਕ ਕਰਨਾ ਬੁੱਕ ਦੇ ਵਿੱਚੋਂ ਇਹ ਪਾਠ ਹੈ ਜੋ ਲਿਆ ਗਿਆ ਪ੍ਰੀਤਮ ਰੂਪਾਲ ਦੀ ਰਚਨਾ ਪਛੋ ਦੀਆਂ ਪੈਨ ਕਨੀਆਂ ਇਹ ਨਾਲ ਦੀ ਨਾਲ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਵਾਂਗੇ ਕਿਹੜੇ-ਕਿਹੜੇ ਇੰਪੋਰਟੈਂਟ ਪ੍ਰਸ਼ਨ ਨੇ ਜੋ ਇਸ ਪਾਠ ਦੇ ਵਿੱਚੋਂ ਬਣਦੇ ਨੇ ਉਹਨਾਂ ਦੇ ਬਾਰੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਤਾਂ ਪਿਆਰੇ ਵਿਦਿਆਰਥੀਓ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਸ਼ੁਰੂ ਕਰਦੇ ਹਾਂ ਜੀ ਪਾਠ ਪਛੋ ਦੀਆਂ ਪੈਨ ਕਨੀਆਂ ਤਸਲੇਟੀ ਰੰਗ ਦੇ ਵੱਡੇ ਭਾਰੇ ਪੱਥਰਾਂ ਦੇ ਵਿਚਕਾਰ ਬਨੀਆਂ ਪਗ ਡੰਡੀਆਂ ਨੂੰ ਪਾਰ ਕਰਦਾ ਹੋਇਆ ਸਾਡਾ ਕਾਫਲਾ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ ਤਾਂ ਇੰਪੋਰਟੈਂਟ ਪ੍ਰਸ਼ਨ ਹੈ ਜੀ ਕਿਹੜੇ ਰੰਗ ਦੇ ਪੱਥਰਾਂ ਦੇ ਵਿਚਕਾਰ ਕਾਫਲਾ ਲੰਘ ਰਿਹਾ ਸੀ ਸਲੇਟੀ ਰੰਗ ਦੇ ਪੱਥਰਾਂ ਦੇ ਵਿਚਕਾਰ ਇਹ ਕਾਫਲਾ ਲੰਘ ਰਿਹਾ ਸੀ ਕਈ ਕੁੜੀਆਂ ਦੀ ਕੋ ਨਾ ਚੱਲੀ ਬਾਬਾ ਤਿਹਾਈ ਇਹ ਹੈ ਜੀ ਇਹ ਹਾਲਤ ਬਣ ਗਈ ਸੀ ਕੁੜੀਆਂ ਦੀ ਵੀ ਥੋੜਾ ਜਨਾ ਚੱਲੇ ਪਿਆਸ ਲੱਗੀ ਕੋ ਨਾ ਚੱਲੀ ਬਾਬਾ ਤਿਹਾਈ ਇਹ ਆਖਣ ਹੈ ਜੀ ਪਰ ਅਸੀਂ ਤਾਂ ਕਈ ਕੋਹਾਂ ਦਾ ਪੈਂਡਾ ਤੈਅ ਕਰ ਆਏ ਸਾਂ ਕੋਹ ਹੁੰਦਾ ਜੀ 2 ਕਿਲੋਮੀਟਰ ਨੂੰ ਲਗਭਗ ਕੋਹ ਕਹਿੰਦੇ ਨੇ ਜਦੋਂ ਕੁੜੀਆਂ ਥੱਕ ਆਉਂਦੀਆਂ ਉਹ ਆਰਾਮ ਕਰਨ ਨਹੀਂ ਸੀ ਆਰਾਮ ਕਰਨ ਲਈ ਨਹੀਂ ਸੀ ਕਹਿੰਦੀਆਂ ਉਹਨਾਂ ਨੂੰ ਇੱਕ ਫਾਰਮੂਲਾ ਲੱਗ ਗਿਆ ਸੀ ਉਹ ਟਰੈਕ ਵਿੱਚ ਚੜ੍ਹ ਖੜ ਕੇ ਹੀ ਪੁੱਛਦੀਆਂ ਸਰ ਸਲਾਂਗ ਨਾਲਾ ਅਜੇ ਕਿੰਨੀ ਕੁ ਦੂਰ ਹੈ ਮੈਂ ਛੁੱਠੀ-ਮੁੱਠੀ ਕਹਿ ਦਿੰਦਾ ਬਸ 10 ਕੁ ਮਿੰਟਾਂ ਦਾ ਟਰੈਕ ਹੋ ਰਿਹਾ ਹੈ ਫਿਰ ਤਾਂ ਪਹੁੰਚ ਗਏ 10 ਕੁ ਮਿੰਟ ਇੱਥੇ ਸਾਹ ਲੈ ਲਈਏ ਮੈਂ ਉਹਨਾਂ ਨੂੰ 5 ਕੁ ਮਿੰਟ ਦਾ ਸਮਾਂ ਆਰਾਮ ਕਰਨ ਦੇ ਲਈ ਦਿੰਦਾ ਇਸੇ ਤਰ੍ਹਾਂ ਕਰਦੇ ਕਰਾਉਂਦੇ ਲੁਧਿਆਣਾ ਜ਼ਿਲ੍ਹੇ ਦਾ ਅੱਧਿਉ ਵੱਧ ਗਰੁੱਪ ਸਾਰਿਆਂ ਨਾਲੋਂ ਪਛੜ ਗਿਆ ਤਾਂ ਲੁਧਿਆਣਾ ਜ਼ਿਲ੍ਹੇ ਦਾ ਜੋ ਗਰੁੱਪ ਸੀ ਜੀ ਉਹ ਪਛੜ ਗਿਆ ਬਠਿੰਡੇ ਜ਼ਿਲ੍ਹੇ ਦੀਆਂ ਉਹੀ ਕੁੜੀਆਂ ਪਿੱਛੇ ਰਹੀਆਂ ਜੋ ਮੇਰੇ ਨਾਲ ਗੱਲਾਂ ਕਰਨ ਵਿੱਚ ਰੁਚੀਆਂ ਹੋਈਆਂ ਸੀ ਜਾਂ ਜਿਨ੍ਹਾਂ ਨਾਲ ਪਹਿਲਾਂ ਤੋਂ ਹੀ ਪਰਿਵਾਰਕ ਸਾਂਝ ਸੀ ਠੀਕ ਹੈ ਜੀ ਨਾਲ ਦੀ ਨਾਲ ਪਿਆਰੇ ਵਿਦਿਆਰਥੀਓ ਤੁਸੀਂ ਇਹਨਾਂ ਦੇ ਸ਼ਬਦ ਦੇ ਅਰਥ ਵੀ ਦੇਖ ਸਕਦੇ ਹੋ ਲੁਧਿਆਣੇ ਦੀਆਂ ਕੁੜੀਆਂ ਨੇ ਟਰੈਕ ਭੁੱਲਣ ਵਾਲੀ ਗੱਲ ਫਿਰ ਚੇਤੇ ਕਰਾ ਦਿੱਤੀ ਉਹ ਇਸ ਗੱਲੋਂ ਦੁਖੀ ਸਨ ਕਿ ਟਰੈਕ ਭੁੱਲਣ ਕਾਰਨ ਉਹਨਾਂ ਦੀ 3-4 ਕਿਲੋਮੀਟਰ ਵੱਧ ਟਰੈਕਿੰਗ ਹੋ ਗਈ ਸੀ ਮੈਨੂੰ ਆਪਣੀ ਨੈਸ਼ਨਲ ਹਿਮਾਲੀਅਨ ਟਰੈਕਿੰਗ ਐਕਸਪਿਡੀਸ਼ਨ ਚੇਤੇ ਆ ਗਈ ਜਦੋਂ ਸਾਨੂੰ ਖੌਲੀ ਦਰਾ ਪਾਰ ਕਰਨ ਲਈ ਬਿਨਾਂ ਰੈਕੀ ਕੀਤੇ ਟਰੈਕ ਤੇ ਚੜਾ ਦਿੱਤਾ ਗਿਆ ਸੀ ਤਾਂ ਲੇਖਕ ਨੂੰ ਜੀ ਆਪਣੇ ਕੋਈ ਗੱਲ ਯਾਦ ਆ ਗਈ ਜਿਹਦੇ ਵਿੱਚ ਉਹਨੇ ਦੱਸਿਆ ਕਿ ਨੈਸ਼ਨਲ ਹਿਮਾਲੀਅਨ ਟਰੈਕਿੰਗ ਐਕਸਪੀਡੀਸ਼ਨ ਉਹ ਯਾਦ ਆ ਗਈ ਉਹਨੂੰ ਉਹਨਾਂ ਨੇ ਖੌਲੀ ਦਰਾ ਪਾਰ ਕਰਨਾ ਸੀ ਤੇ ਉਹਨਾਂ ਨੂੰ ਬਿਨਾਂ ਰੈਕੀ ਕੀਤੇ ਹੀ ਟਰੈਕ ਦੇ ਉੱਪਰ ਜਾਣ ਦਿੱਤਾ ਗਿਆ ਅਸੀਂ 4 ਦਿਨ 3 ਰਾਤਾਂ ਬਰਫ਼ ਤੇ ਗਵਾਚੇ ਰਹੇ ਸਾਨੂੰ ਟਰੈਕ ਨਹੀਂ ਸੀ ਮਿਲਿਆ ਤਾਂ ਇਹ ਵੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਲੇਖਕ ਹੈ ਜੋ ਕਿਹੜਾ ਦਰਾ ਦਰਾ ਪਾਰ ਕਰਨਾ ਸੀ ਉਹਨਾਂ ਨੇ ਖੌਲੀ ਦਰਾ ਪਾਰ ਕਰਨਾ ਸੀ ਉਦੋਂ ਸਾਨੂੰ ਵੀ ਇਸ ਤਰ੍ਹਾਂ ਲੱਗਦਾ ਸੀ ਕਿ ਹੁਣ ਸ਼ਾਇਦ ਹੀ ਵਾਪਸ ਕਰ ਪਹੁੰਚੀਏ ਜਿਹਦੇ ਸ਼ਬਦ ਅਰਥ ਕਰਦੇ ਨਾਲ ਦੀ ਨਾਲ ਸਲੇਟੀ ਹੁੰਦਾ ਜੀ ਗਰੇ ਰੰਗ ਗਰੇ ਰੰਗ ਪਗਡੰਡੀਆਂ ਹੁੰਦਾ ਤੰਗ ਤੇ ਟੇਡੇ ਮਡੇ ਰਸਤੇ ਕੋਹ ਹੁੰਦਾ ਕਈ ਕਿਲੋਮੀਟਰ ਲਗਭਗ 2 ਕਿਲੋਮੀਟਰ ਨੂੰ ਇੱਕ ਕੋਹ ਕਹਿੰਦੇ ਨੇ ਪੈਂਡਾ ਹੁੰਦਾ ਜੀ ਰਸਤਾ ਪਛੜ ਗਿਆ ਪਿੱਛੇ ਰਹਿ ਗਿਆ ਰੈਕੀ ਹੁੰਦਾ ਜੀ ਕਿਸੇ ਵੀ ਚੀਜ਼ ਬਾਰੇ ਜੇਕਰ ਨਵੀਂ ਚੀਜ਼ ਹੈ ਕੋਈ ਉਹਦੇ ਬਾਰੇ ਪਹਿਲਾਂ ਮੁਆਇਨਾ ਕਰਨਾ ਕਿਉਂਕਿ ਅਸੀਂ ਖਾਣ ਪੀਣ ਦਾ ਸਾਰਾ ਸਮਾਨ ਵੀ ਮੁਕਾ ਲਿਆ ਸੀ ਜਦੋਂ ਚਾਰ ਦਿਨ ਤਿੰਨ ਰਾਤਾਂ ਹੋ ਇਧਰ ਉਧਰ ਭਟਕਦੇ ਰਹੇ ਖਾਣ ਪੀਣ ਦਾ ਜੋ ਉਹਨਾਂ ਕੋਲੇ ਸਮਾਨ ਸੀ ਖਤਮ ਹੋ ਚੱਲਿਆ ਸੀ ਲੇਖਕ ਦੱਸ ਰਿਹਾ ਜੀ ਅੱਗੇ ਇੱਕ ਦਿਨ ਤਾਂ ਸਾਨੂੰ ਬਰਫ਼ ਵਿੱਚ ਚੀਨੀ ਮਿਲਾ ਕੇ ਬਣਾਈਆਂ ਕੁਲਫ਼ੀਆਂ ਜੀਆਂ ਖਾ ਕੇ ਗੁਜ਼ਾਰਾ ਕਰਨਾ ਪਿਆ ਕਹਿੰਦਾ ਜਦੋਂ ਮੈਂ ਥੱਕੀਆਂ ਹਾਰੀਆਂ ਕੁੜੀਆਂ ਨੂੰ ਇਹ ਗੱਲ ਸੁਣਾਈ ਉਹਨਾਂ ਦਾ ਹੌਸਲਾ ਹੋ ਗਿਆ ਤੇ ਉਹ ਆਪਣੀ ਚਾਲੇ ਤੁਰ ਪਈਆਂ ਸਾਨੂੰ ਉਡੀਕਦਾ ਉਡੀਕਦਾ ਮਨਜੀਤ ਵੀ ਸਾਡੇ ਨਾਲ ਰਲ ਗਿਆ ਅਸਲ ਵਿੱਚ ਉਹਦੇ ਗਰੁੱਪ ਦੀਆਂ ਕੁਝ ਕੁੜੀਆਂ ਪਛੜ ਗਈਆਂ ਸਨ ਦੋ ਵੱਡੇ ਪੱਥਰਾਂ ਦੇ ਵਿਚਕਾਰੋਂ ਲੰਘਦੇ ਆ ਅੱਗੇ ਪਹਾੜੀ ਮੋੜ ਆ ਗਿਆ ਇਸ ਤੋਂ ਬਾਅਦ ਕਾਫੀ ਨਿਵਾਨ ਸੀ ਇਹ ਨਿਵਾਨ ਸਾਨੂੰ ਬੜੇ ਹੀ ਸੁੰਦਰ ਆਪਸ਼ਾਰ ਤੇ ਲੈ ਗਈ ਆਪਸ਼ਾਰ ਹੁੰਦਾ ਜੀ ਝਰਨਾ ਨਿਵਾਨ ਹੁੰਦਾ ਟਹਾਨ ਇੱਥੇ ਅਸੀਂ ਕਈ ਤਸਵੀਰਾਂ ਖਿੱਚੀਆਂ ਠੰਡਾ ਠਾਰ ਪਾਣੀ ਪੀ ਕੇ ਫਿਰ ਡੰਡੀ ਲੱਗੇ ਝਰਨਾ ਪਾਰ ਕਰਕੇ ਅਸੀਂ ਚੜ੍ਹਾਈ ਚੜ੍ਹੇ ਹੀ ਸਾਂ ਕਿ ਧੁੱਪ ਕਿਧਰੇ ਅਲੋਪ ਹੋ ਗਈ ਝਰਨਾ ਪਾਰ ਕਰਨ ਤੋਂ ਬਾਅਦ ਆ ਜੀ ਮੌਸਮ ਦੇ ਵਿੱਚ ਉਹਨਾਂ ਨੂੰ ਬਦਲਾ ਆ ਗਿਆ ਬੜੀ ਠੰਡੀ ਤੇ ਤੇਜ਼ ਹਵਾ ਚੱਲ ਪਈ ਹਵਾ ਵਿੱਚ ਕਨੀਆਂ ਵੀ ਪੈਣੀਆਂ ਸ਼ੁਰੂ ਹੋ ਗਈਆਂ ਲੇਖਕ ਨੇ ਆਪਣੇ ਲੱਕ ਦਿਵਾਲੇ ਬੰਨੀ ਵਿੰਡਸ਼ੀਟਰ ਖੋਲ ਕੇ ਗਲ ਵਿੱਚ ਪਾ ਲਈ ਤਾਂ ਲੇਖਕ ਨੇ ਕਿਹੜੀ ਚੀਜ਼ ਹੈ ਜੀ ਖੋਲ ਕੇ ਗਲ ਵਿੱਚ ਪਾਈ ਸੀ ਵਿੰਡਸ਼ੀਟਰ ਕੈਮਰੇ ਚਮੜੇ ਦੇ ਕਵਰ ਵਿੱਚ ਬੰਦ ਕਰ ਲਿਆ ਆ ਕੁੜੀਆਂ ਆਪਣੀ ਆਦਤ ਮੁਤਾਬਕ ਹਾਏ ਮੀ ਹਾਏ ਠੰਡ ਬਾਰਿਸ਼ ਹਾਏ ਮੰਮੀ ਦੀ ਹਾਲ ਦੁਹਾਈ ਪਾ ਰਹੀਆਂ ਸਨ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਕਨੀਆਂ ਦੇ ਨਾਲ ਬਰਫ਼ ਪੈਣੀ ਸ਼ੁਰੂ ਹੋ ਗਈ ਪਰ ਇਹ ਇੰਨੀ ਥੋੜੀ ਤੇ ਇੰਨੇ ਛੋਟੇ ਜਦੋਂ ਗੋੜਿਆਂ ਦੇ ਰੂਪ ਵਿੱਚ ਡਿਗਰੀ ਸੀ ਕਿ ਇਸ ਨੂੰ 스노우ਫਾਲ ਨਹੀਂ ਕੀਤਾ ਜਾ ਸਕਦਾ ਗੋੜੇ ਹੁੰਦਾ ਜੀ ਛੋਟੇ ਛੋਟੇ ਫੰਬੇ ਛੋਟੇ ਛੋਟੇ ਟੁਕੜੇ ਨੂੰ 스노우ਫਾਲ ਨਹੀਂ ਕੀਤਾ ਜਾ ਸਕਦਾ ਟਰੈਕਿੰਗ ਦੌਰਾਨ ਸਾਨੂੰ ਪਹਾੜੀ ਔਰਤਾਂ ਲੱਕੜੀਆਂ ਦੇ ਗੱਠੇ ਘਾ ਪਿੱਠੂ ਟੋਕਰੀਆਂ ਵਿੱਚ ਹੋਰ ਨਿੱਕ ਸੁੱਕ ਆਪਣੀਆਂ ਪਿੱਠਾਂ ਤੇ ਚੁੱਕੀ ਆਉਂਦੀਆਂ ਜਾਂਦੀਆਂ ਮਿਲਦੀਆਂ ਰਹੀਆਂ ਮੇਰੀ ਇੱਛਾ ਸੀ ਕਿ ਸਾਡੀਆਂ ਕੁੜੀਆਂ ਇਹਨਾਂ ਨਾਲ ਗੱਲਾਂ ਬਾਤਾਂ ਕਰਨ ਅਤੇ ਇਹਨਾਂ ਦੀ ਜ਼ਿੰਦਗੀ ਬਾਰੇ ਪੁੱਛਣ ਪਰ ਕੁੜੀਆਂ ਨੇ ਬਹੁਤੀ ਰੁਚੀ ਨਾ ਵਿਖਾਈ ਸਾਹਮਣੇ ਉਹ ਲੱਕੜੀਆਂ ਲਈ ਆਉਂਦੀ ਪਹਾੜਨਾਂ ਦੀ ਟੋਲੀ ਵਿੱਚ ਇੱਕ ਨਵ ਵਿਆਹੀ ਨੂੰ ਵੇਖ ਕੇ ਕੁੜੀਆਂ ਨੂੰ ਚਾਂਬ ਚੜ ਗਈ ਉਹਨਾਂ ਉਸ ਦੀ ਸ਼ਿਸ਼ਿਆਂ ਤੇ ਖਾਸ ਕਿਸਮ ਦੇ ਮਨਕਿਆਂ ਵਾਲੀ ਲੰਬੀ ਤੇ ਰੰਗ-ਬਰੰਗੀ ਗੁੱਤ ਵੇਖ ਕੇ ਕੁੜੀਆਂ ਉਸ ਤੇ ਟਿੱਪਣੀ ਕਰੇ ਬਿਨਾਂ ਨਾ ਰਹਿ ਸਕੀਆਂ ਤਾਂ ਉਹ ਜਿਹੜੀ ਸਾਹਮਣੇ ਪਹਾੜਨਾਂ ਦੀ ਟੋਲੀ ਆਉਂਦੀ ਸੀ ਉਹਦੇ ਵਿੱਚ ਇੱਕ ਨਵ ਵਿਆਹੀ ਔਰਤ ਸੀ ਪਹਾੜਨ ਸੀ ਉਹਦੀ ਸ਼ਿਸ਼ਿਆਂ ਦੇ ਉੱਪਰ ਖਾਸ ਕਿਸਮ ਦੇ ਮਨਕਿਆਂ ਵਾਲੀ ਲੰਬੀ ਤੇ ਰੰਗ-ਬਰੰਗੀ ਗੁੱਤ ਕੀਤੀ ਹੋਈ ਸੀ ਉਹਨੇ ਉਹ ਵੀ ਸਮਝ ਗਈ ਕਿ ਕੁੜੀਆਂ ਉਸ ਨੂੰ ਛੇੜ ਰਹੀਆਂ ਨੇ ਮੌਕੇ ਤੇ ਤਾਂ ਉਹ ਚੁੱਪ ਰਹੀ ਸ਼ਾਇਦ ਸਾਥੋਂ ਸੰਗ ਗਈ ਪਰ ਤੁਹ ਅੱਗੇ ਜਾ ਕੇ ਕੁੜੀਆਂ ਨੂੰ ਆਵਾਜ਼ ਮਾਰੀ ਅਰੇ ਚੋਟੀ ਲੈਣੇ ਕਾ ਚੋਟੀ ਅੱਛਾ ਤੁਸੀਂ ਕੀਆ ਮੈਂ ਇੰਨਾ ਕੁ ਹੀ ਸੁਣ ਸਕਿਆ ਕੁੜੀਆਂ ਉਸ ਨੂੰ ਹੱਥ ਲਹਿਰਾ ਕੇ ਬਾਏ ਬਾਏ ਕਰਨ ਲੱਗੀਆਂ ਉਹ ਅਤੇ ਉਹਦੀਆਂ ਸਾਥਨਾ ਬਹੁਤ ਖੁਸ਼ ਹੋਈਆਂ ਹੱਸਦੀਆਂ ਹੱਸਦੀਆਂ ਵਾਏ ਵਾਏ ਕਰਦੀਆਂ ਸਾਥੋਂ ਦੂਰ ਹੁੰਦੀਆਂ ਗਈਆਂ ਉਸਨੇ ਕੁੜੀਆਂ ਨੂੰ ਕੀ ਜਵਾਬ ਦਿੱਤਾ ਇਸ ਦੀ ਮੈਨੂੰ ਬਹੁਤੀ ਸਮਝ ਤਾਂ ਨਹੀਂ ਆਈ ਪਰ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕਹਿ ਰਹੀ ਹੋਵੇ ਮੇਰੀ ਗੁੱਤ ਵੇਖ ਕੇ ਕੀ ਹੱਸਦੀ ਹੋ ਥੋੜੇ ਜੁੰਡੇ ਤਾਂ ਹੈ ਨਹੀਂ ਜੁੰਡੇ ਮਤਲਬ ਵਾਲ ਗੁੱਤਾ ਕਿੱਥੋਂ ਪਾਵਾਂ ਮੇਰੇ ਨਾਲ ਜੋ ਕੁੜੀਆਂ ਸਨ ਬਹੁਤੀਆਂ ਨੇ ਆਪਣੇ ਵਾਲ हेयर ਸਟਾਈਲ ਦੀ ਪੇਂਟ ਚੜਾਏ ਹੋਏ ਸਨ ਠੀਕ ਹੈ ਜੀ हेयर ਸਟਾਈਲ ਸ਼ਬਦ ਹੈ ਜੋ ਵਿਵਰਣਾਤਮਕ ਸ਼ਬਦ ਹੈ ਸਾਹਮਣੇ ਨਜ਼ਰ ਆ ਰਹੀ ਲਾਲ ਕੋਠੀ ਵੱਲ ਇਸ਼ਾਰਾ ਕਰਕੇ ਮੈਂ ਟਰੈਕਰਾਂ ਨੂੰ ਦੱਸਿਆ ਕਿ ਉਹ ਸਲਾਂਗ ਵਾਦੀ ਆ ਗਈ ਇਹ ਕਈ ਦਹਾਕੇ ਪਹਿਲਾਂ ਇੱਥੇ ਬਣਾਏ ਡਾਕ ਬੰਗਲੇ ਦੀ ਪੁਰਾਣੀ ਇਮਾਰਤ ਸੀ ਜਿਸ ਨੂੰ ਹੁਣ ਹਿਮਾਚਲ ਸੈਰ ਸਪਾਟਾ ਮੈਕਮੇ ਅਤੇ ਹਿਮਾਲੀਅਨ ਪਹਾੜ ਪਰਬਤ आरोहਣ ਸੰਸਥਾ ਨੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ ਹੋਇਆ ਹੈ ਠੀਕ ਹੈ ਜੀ ਸਲਾਂਗ ਵਾਦੀ ਡਾਕ ਬੰਗਲੇ ਦੀ ਪੁਰਾਣੀ ਇਮਾਰਤ ਸੀ ਸਮਾਗਤ ਗਰਗਸਾਹਿਬ ਨੇ ਸਲਾਨਗਬਾਦੀ ਵਿੱਚ ਗਰਮ-ਗਰਮ ਖਾਣੇ ਨਾਲ ਸਾਡਾ ਸਵਾਗਤ ਕੀਤਾ ਉਹ ਸੜਕ ਦੇ ਰਸਤੇ ਟਰੱਕ ਰਾਹੀਂ ਦੁਪਹਿਰ ਦਾ ਖਾਣਾ ਲੈ ਕੇ ਆਏ ਸਨ ਜੋ ਕੁੜੀਆਂ ਪਹਿਲਾਂ ਆ ਚੁੱਕੀਆਂ ਸੀ ਉਹ ਰੋਟੀਆਂ ਖਾ ਕੇ ਸੁਸਤਾਰੀਆਂ ਸੀ ਮਤਲਬ ਉਹਨਾਂ ਨੂੰ ਨੀਸਤੀ ਚੜ ਗਈ ਸੀ ਖਾਣਾ ਖਾ ਕੇ ਕੁਝ ਦੂਰ ਤੱਕ ਫੈਲੀ ਢਲਾਨ ਤੇ ਹਰੇ ਘਾਹ ਦਾ ਆਨੰਦ ਮਾਨ ਰਹੀਆਂ ਸਨ ਇੱਥੇ ਸਲਾਨੀਆਂ ਦੀ ਕਾਫੀ ਭੀੜ ਸੀ ਰੰਗ-ਬਰੰਗੀਆਂ ਪੁਸ਼ਾਕਾਂ ਵਿੱਚ ਸੈਨਾਨੀਆਂ ਨੇ ਇਸ ਵਾਦੀ ਨੂੰ ਫੁੱਲਾਂ ਵਾਂਗ ਸਜਾਇਆ ਹੋਇਆ ਸੀ ਇੱਕ ਪਾਸੇ 10 ਕੁ ਮੰਨ ਦਾ ਬਰਫੀਲਾ ਤੁੰਦਾ ਪਿਆ ਸੀ ਮੰਨ ਹੁੰਦਾ ਜੀ 40 ਕਿਲੋ ਵੇਟ ਲਗਭਗ 4 4 ਕਵਾਂਟਲ ਕਹ ਲਓ ਬਰਫ਼ ਦਾ ਇੱਕ ਤੁੰਦਾ ਸੀ ਸੈਲਾਨੀ ਉਸ ਦੇ ਉੱਪਰ ਚੜ੍ਹ ਕੇ ਬਰਫ਼ ਦਾ ਨਜ਼ਾਰਾ ਲੈਣ ਦਾ ਭਰਮ ਪਾਲ ਰਹੇ ਸੀ ਅਸਲ ਦੇ ਵਿੱਚ ਉਹ ਬਰਫ਼ ਦਾ ਤੁੰਦਾ ਇੱਕ ਗਲੇਸ਼ੀਅਰ ਸੀ ਜੋ ਉੱਪਰੋਂ ਕਿਸਰ ਕੇ ਇੱਧਰ ਆ ਪਿਆ ਸੀ ਰੋਟੀ ਖਾ ਕੇ ਅਸੀਂ ਢਲਾਨ ਵੱਲ ਵਧੇ ਨੋਨਾ ਹੋਰੀ ਤਸਵੀਰਾਂ ਖਿਚਾਉਣ ਦੇ ਕਾਹਲੀ ਕਰ ਰਹੀਆਂ ਸਨ ਨੋਨਾ ਬਠਿੰਡਾ ਜ਼ਿਲ੍ਹੇ ਦੀ ਗਰੁੱਪ ਲੀਡਰ ਸੀ ਰਾਮਪੁਰੇ ਤੋਂ ਮੇਰੇ ਕਾਫੀ ਨੇੜਲੇ ਸਬੰਧਾਂ ਵਾਲੇ ਪਰਿਵਾਰਾਂ ਵਿੱਚੋਂ ਐ ਉਹਨਾਂ ਨੇ ਆਪਣੀ ਰੀਲ ਫਿਲਮ ਮੇਰੇ ਕੈਮਰੇ ਵਿੱਚ ਪਾ ਕੇ ਕੈਮਰੇ ਤੇ ਕਬਜ਼ਾ ਕਰ ਰੱਖਿਆ ਸੀ ਇੱਥੇ ਤਸਵੀਰਾਂ ਖਿੱਚਦਿਆਂ ਨੂੰ ਸਾਨੂੰ ਕਾਫੀ ਸਮਾਂ ਹੋ ਗਿਆ ਸੋਲਾਹ ਗਾਜੋ ਸੰਗਨੇ ਤੇ ਉੱਚੇ ਦਿਓਦਾਰ ਦੇ ਦਰਖਤਾਂ ਤੇ ਪਹਾੜੀਆਂ ਵਿੱਚ ਘੀਰੀ ਛੋਟੀ ਜਹੀ ਢਲਾਨ ਹੈ ਇਹ ਇੰਪੋਰਟੈਂਟ ਪ੍ਰਸ਼ਨ ਹੈ ਜੀ ਸੋਲਾੰਗ ਹੈ ਜਿਹੜੀ ਕਿਹੜੇ ਦਰਖਤਾਂ ਦੇ ਘੇਰੀ ਹੋਈ ਹੈ ਸ ਦਿਓਦਾਰ ਦੇ ਦਰਖਤਾਂ ਦੇ ਵਿੱਚ ਘੇਰੀ ਹੋਈ ਹੈ ਜੋ ਪਹਾੜੀ ਇਲਾਕੇ ਦੇ ਹਿਸਾਬ ਨਾਲ ਕਾਫੀ ਪਧਰੀ ਥਾਂ ਹੈ ਇੱਥੇ WH WHMI ਵੱਲੋਂ ਦਸੰਬਰ ਵਿੱਚ ਸਕੀਿੰਗ ਕੋਰਸ ਕਰਵਾਇਆ ਜਾਂਦਾ ਉਸ ਸਮੇਂ ਇਹ ਬਰਫ਼ ਨਾਲ ਲੱਦੀ ਹੋਈ ਹੁੰਦੀ ਹੈ ਵੈਰੀ ਇੰਪੋਰਟੈਂਟ ਹੈ ਜੀ ਇਹ WHMI ਦਸੰਬਰ ਮਹੀਨੇ ਦੇ ਵਿੱਚ ਸਕੀਿੰਗ ਕੋਰਸ ਕਰਵਾਇਆ ਜਾਂਦਾ ਅਤੇ ਵੱਖ-ਵੱਖ ਗਰੁੱਪਾਂ ਵਿੱਚ ਅਸੀਂ ਕੈਂਪਸ ਥਾਨ ਨੂੰ ਰਵਾਨਗੀ ਪਾਈ ਵਾਪਸੀ ਸਮੇਂ ਸੜਕ ਦੇ ਰਸਤੇ ਜਾਣਾ ਸੀ ਕੋਈ ਬਹੁਤੀ ਸਮੱਸਿਆ ਨਹੀਂ ਸੀ ਨਿੱਕੀ-ਨਿੱਕੀ ਕਣੀ ਦਾ ਮੀਂਹ ਬਰਾਬਰ ਪੈ ਰਿਆ ਸੀ ਮੈਂ ਤਾਂ ਪਹਿਲਾਂ ਵਾਂਗ ਪਿੱਛੇ ਹੀ ਸਾਂ ਪਰ ਮੇਰੇ ਨਾਲ ਦੇ ਫਾੜੀ ਸਾਥੀਆਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਤਾਂ ਜਦੋਂ ਮੈਂ ਫਿਰੋਜ਼ਪੁਰ ਦੀ ਰਾਜ ਰਾਨੀ ਨੂੰ ਪਿੱਛੇ ਰਹਿਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਸਾਨੂੰ ਵੀ ਉਹ ਪਹਾੜੀ ਪੰਛੀ ਦਿਖਾਉਣਾ ਜੋ ਤੁਸੀਂ ਆਪਣੇ ਗਰੁੱਪ ਨੂੰ ਦਿਖਾ ਕੇ ਲਿਆਇਓ ਉਸ ਨੂੰ ਬਹੁਤ ਮਯੂਸੀ ਹੋਈ ਜਦੋਂ ਮੈਂ ਦੱਸਿਆ ਕਿ ਹੁਣ ਅਸੀਂ ਨਵੇਂ ਟਰੈਕ ਰਾਹੀਂ ਵਾਪਸ ਜਾ ਰਹੇ ਹਾਂ ਕਈ ਕੁੜੀਆਂ ਨੂੰ ਬੂਟ ਲੱਗਣ ਨਾਲ ਉਹਨਾਂ ਦੇ ਪੈਰਾਂ ਤੇ ਮਾਮੂਲੀ ਛਾਲੇ ਹੋ ਗਏ ਆਲੇ-ਦੁਆਲੇ ਦੀਆਂ ਪਹਾੜੀਆਂ ਉੱਚੇ ਪਰਬਤਾਂ ਬਾਰੇ ਜਾਣਕਾਰੀ ਲੈਣ ਦੇ ਆਸ਼ੇ ਨਾਲ ਹੀ ਪਿੱਛੇ ਰਹਿ ਗਈਆਂ ਸਨ ਇਸ ਤਰ੍ਹਾਂ ਵੱਖ-ਵੱਖ ਬੰਨਗੀ ਦੇ ਟਰੈਕਟਰਾਂ ਦਾ ਮਿਲਗੋਬਾ ਸੀ ਮੇਰਾ ਇਹ ਗਰੁੱਪ ਅਸੀਂ ਆਪਣੀ ਚਾਲੇ ਤੁਰਦੇ ਮਨਾਲੀ ਤੋਂ ਕਲਾਂਗ ਵਾਲੀ ਮੁੱਖ ਸੜਕ ਤੇ ਜਾ ਚੜੇ ਜੋ ਰੋਹਤਾਂਗ ਦਰੇ ਤੋਂ ਪਾਰ ਲਾਹੌਲ 스ਪਿੱਤੀ ਵਾਦੀ ਵਿੱਚੋਂ ਲੰਘਦੀ ਹੋਈ ਲੇਹ ਨੂੰ ਜਾਂਦੀ ਹੈ ਉੱਪਰ ਬਰਫ਼ ਦੇਖਣ ਜਾ ਰਹੇ ਤੇ ਬਰਫ਼ ਤੋਂ ਮੁੜ ਰਹੇ ਸਲਾਨੀਆਂ ਦੇ ਕਾਰਾਂ ਜਿੱਪਾਂ ਬਸਾਂ ਦੇ ਹਾਰਨਾ ਕੁੱਕਰ ਨੇ ਅਕਾਊ ਜਿਹਾ ਮਾਹੌਲ ਪੈਦਾ ਕਰ ਰੱਖਿਆ ਸੀ ਵਸ਼ਿਸ਼ਟ ਕੋਲੋਂ ਲੰਘਦੇ ਆਂ ਵਸ਼ਿਸ਼ਟ ਜੀ ਲੇਹ ਵੱਲ ਜਾਂਦੇ ਆਂ ਰਸਤੇ ਦੇ ਵਿੱਚ ਵਿਆਸ ਦਰਿਆ ਕਿਨਾਰੇ ਵਸਿਆ ਪਹਾੜੀ ਪਿੰਡ ਜਿੱਥੇ ਗਰਮ ਪਾਣੀ ਦੇ ਚਸ਼ਮੇ ਫੁੱਟਦੇ ਨੇ ਠੀਕ ਹੈ ਜੀ ਬਸ਼ਿਸ਼ਟ ਪਿੰਡ ਦੇ ਕੋਲੋਂ ਲੰਘਦਿਆਂ ਮੈਨੂੰ ਛਾਟ ਵਾਲੀ ਘਟਨਾ ਚੇਤੇ ਆ ਗਈ ਤੇ ਮੈਂ ਛਾਟ ਦੇ ਖਿਲਾਫ ਆਪਣਾ ਲੈਕਚਰ ਝਾੜਨਾ ਸ਼ੁਰੂ ਕਰਤਾ ਮੇਰੇ ਨਾਲ ਜੋ ਕੁੜੀਆਂ ਸਨ ਉਹਨਾਂ ਦੇ ਹੰਗਾਰੇ ਤੋਂ ਮੈਨੂੰ ਲੱਗਿਆ ਜਿਵੇਂ ਉਹ ਮੇਰੀਆਂ ਗੱਲਾਂ ਨਾਲ ਬਹੁਤੀਆਂ ਸਹਿਮਤ ਨਾ ਹੋਣ ਪਰ ਇੱਕ ਫਾਇਦਾ ਹੋ ਗਿਆ ਕਿਸੇ ਨੇ ਛਾਟ ਖਾਣ ਦੀ ਇੱਛਾ ਨਾ ਪ੍ਰਗਟਾਈ ਮਨਾਲੀ ਦੇ ਨਹਿਰੂ ਕੈਂਪ ਕੰਪਲੈਕਸ ਤੋਂ ਅਸੀਂ ਕੋਲੋਂ ਅਸੀਂ ਜੰਗਲਾਤ ਮੈਕਮੇ ਦੇ ਰਿਜ਼ਰਵ ਜੰਗਲ ਵਿੱਚੋਂ ਹੁੰਦੇ ਹੋਏ ਆਪਣੇ ਕੈਂਪਸ ਥਾਂ ਤੇ ਪਹੁੰਚੇ ਥੋੜਾ ਥੋੜਾ ਮੀਂਹ ਅਜੇ ਵੀ ਪੈ ਰਿਹਾ ਸੀ ਕੁੜੀਆਂ ਆਪਣੇ ਟੈਂਟਾਂ ਵਿੱਚ ਸਨ ਕਿਸੇ ਪਾਸਿਓਂ ਕੋਈ ਆਵਾਜ਼ ਨਹੀਂ ਸੀ ਆ ਰਹੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਜੇ ਟਰੈਕਿੰਗ ਤੋਂ ਕੋਈ ਵਾਪਸ ਹੀ ਨਾ ਆਇਆ ਹੋਵੇ ਮੈਂ ਕੈਂਪ ਕਮਾਂਡੈਂਟ ਨੂੰ ਸਾਰਿਆਂ ਦੇ ਸਹੀ ਸਲਾਮਤ ਪਰਤ ਆਉਣ ਦੀ ਰਿਪੋਰਟ ਦਿੱਤੀ ਉਹ ਬੜੇ ਖੁਸ਼ ਨਜ਼ਰ ਆ ਰਹੇ ਸਨ ਟਰੈਕਿੰਗ ਦੀਆਂ ਗੱਲਾਂ ਕਰਦੇ ਅਸੀਂ ਚਾਹ ਪੀਣ ਵਿੱਚ ਮਸ਼ਰੂਫ ਹੋ ਗਏ ਮਸ਼ਰੂਫ ਹੁੰਦਾ ਜੀ ਵਿਅਸਤ ਹੋਗੇ ਬਿਜੀ ਹੋਗੇ ਸਾਰਾ ਜਖਵਾਰ ਕੱਢਣਾ ਰੁਪਿੰਦਰ ਨੇ ਆ ਕੇ ਇਸ ਤਰ੍ਹਾਂ ਪੁੱਛਿਆ ਜਿਵੇਂ ਉਸ ਦਾ ਅਖਬਾਰ ਨਾ ਕੱਢਣ ਦਾ ਇਰਾਦਾ ਹੋਵੇ ਮੈਨੂੰ ਬੜਾ ਗੁੱਸਾ ਆਇਆ ਮੈਂ ਅੱਗੋਂ ਭੱਜ ਕੇ ਪਿਆ ਕਿਉਂ ਕੱਢਣਾ ਕਿਉਂ ਨਹੀਂ ਅੱਜ ਰੋਟੀ ਨਹੀਂ ਖਾਧੀ ਇਹਨਾਂ ਸੁਣ ਕੇ ਹੀ ਸੰਪਾਦਕੀ ਮੰਡਲ ਵਾਲੀਆਂ ਕੁੜੀਆਂ ਵਾਪਸ ਪਰਤ ਗਈਆਂ ਕੈਂਪ ਕਮਾਂਡੈਂਟ ਅਤੇ ਸਿਖਲਾਈ ਟੀਮ ਦੇ ਦੂਜੇ ਸਾਥੀਆਂ ਨਾਲ ਗੱਲਾਂ ਮਾਰ ਕੇ ਜਦੋਂ ਮੈਂ ਆਪਣੇ ਟੈਂਟ ਵਿੱਚ ਜਾ ਰਿਹਾ ਸੀ ਕੈਂਪ ਅਖਬਾਰ ਵਾਲੇ ਟੈਂਟ ਵਿੱਚ ਸੰਪਾਦਕੀ ਟੀਮ ਆਪਣੇ ਕੰਮ ਦੇ ਵਿੱਚ ਰੁੱਝੀ ਹੋਈ ਸੀ ਬਾਕੀ ਕੁੜੀਆਂ ਆਪਣੇ ਟੈਂਟਾਂ ਵਿੱਚ ਆਰਾਮ ਕਰ ਰਹੀਆਂ ਸਨ ਮੈਨੂੰ ਆਪਣੀਆਂ ਪੱਤਰਕਾਰ ਕੁੜੀਆਂ ਨਾਲ ਇਸ ਤਰ੍ਹਾਂ ਗੁੱਸੇ ਨਾਲ ਪੇਸ਼ ਨਹੀਂ ਸੀ ਆਉਣਾ ਚਾਹੀਦਾ ਮੈਂ ਆਪਣੇ ਆਪ ਨੂੰ ਕੋਸਿਆ ਮੈਂ ਆਪਣੇ ਟੈਂਟ ਵਿੱਚ ਜਾਣ ਦੀ ਬਜਾਏ ਕੈਂਪ ਟਾਈਮਸ ਵਾਲੇ ਟੈਂਟ ਵਿੱਚ ਚਲਾ ਗਿਆ ਮੈਨੂੰ ਇਹ ਸੀ ਕਿ ਕੁੜੀਆਂ ਨੇ ਮੇਰੇ ਗੁੱਸੇ ਭਰੇ ਜਵਾਬ ਦਾ ਬੁਰਾ ਮਨਾਇਆ ਹੋਵੇਗਾ ਪਰ ਉਹਨਾਂ ਦੇ ਚਿਹਰੇ ਤੇ ਇਸ ਤਰ੍ਹਾਂ ਦਾ ਕੋਈ ਗिला ਨਹੀਂ ਸੀ ਮੇਰੇ ਲਈ ਇੱਕ ਕੁਰਸੀ ਛੱਡ ਕੇ ਪੁੱਛਣ ਲੱਗੀਆਂ ਸਰ ਅੱਜ ਮੈਂਨ ਖਬਰ ਕਿਹੜੀ ਲਾਉਣੀ ਐ ਮੈਂ ਉਹਨਾਂ ਦੀ ਪ੍ਰਤੀਬੱਧਤਾ ਅਤੇ ਭੋਲੇਪਨ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਮੈਂ ਹੋਰ ਵੀ ਹਲੂਨਿਆਂ ਗਿਆ ਮੈਂ ਕਿਹਾ ਅੱਜ ਤੁਸੀਂ ਆਰਾਮ ਕਰੋਗੇ ਜਾਂ ਮੈਂ ਇਕੱਲਾ ਹੀ ਅਖਬਾਰ ਕੱਢਾਂਗਾ ਅਸੀਂ ਤੁਹਾਡੇ ਕੋਲ ਬੈਠ ਕੇ ਕੁਝ ਹੋਰ ਸਿੱਖ ਲਵਾਂਗੇ ਜਾਂ ਰੰਜੂ ਨੇ ਜਵਾਬ ਦਿੱਤਾ ਤਾਂ ਮੈਂ ਸੋਚ ਕੇ ਕਿਹਾ ਅੱਜ ਅਖਬਾਰ ਨਹੀਂ ਨਿਕਲੇਗਾ ਕਿਉਂਕਿ ਟਰੈਕਿੰਗ ਤੋਂ ਬਿਨਾਂ ਕੋਈ ਖਾਸ ਖਬਰ ਨਹੀਂ ਇਹ ਕੱਲ੍ਹ ਵਾਲੇ ਵਿੱਚ ਲਾ ਲਵਾਂਗੇ ਮੇਰੀ ਇਸ ਦਲੀਲ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਤੇ ਮੇਰੇ ਇਸ ਫੈਸਲੇ ਨਾਲ ਅੱਜ ਅਖਬਾਰ ਦਾ ਦਫ਼ਤਰ ਬੰਦ ਰਿਹਾ ਅੱਗੇ ਆ ਜੀ ਪੁੱਛਲ ਟੋਟਾ ਰਾਤੀ ਸੌਣ ਸਮੇਂ ਸਾਰੇ ਦਿਨ ਦੀ ਟਰੈਕਿੰਗ ਤੇ ਤਫ਼ਸਰਾ ਕਰਦਿਆਂ ਮਨਜੀਤ ਨੇ ਦੱਸਿਆ ਤਫ਼ਸਰਾ ਹੈ ਜੀ ਪੁਨਰ ਵਿਚਾਰ ਲਾਲੋ ਟਿੱਪਣੀ ਕਿ ਮਨਾਲੀ ਦੇ ਨੇੜੇ ਆ ਕੇ ਜਿੱਥੇ ਤਿੱਬਤੀਆਂ ਦੀ ਰਿਹائش ਹੈ ਉੱਥੇ ਇੱਕ ਵਿਆਹ ਹੋ ਰਿਹਾ ਸੀ ਸਾਡੇ ਗਰੁੱਪ ਦੀਆਂ ਕੁੜੀਆਂ ਮਿਊਜ਼ਿਕ ਵਜੇ ਦਾ ਸੁਣ ਕੇ ਵੇਖਣ ਲੱਗ ਪਈਆਂ ਤਿੱਬਤੀ ਕੁੜੀਆਂ ਨੇ ਉਹਨਾਂ ਨੂੰ ਅੰਦਰ ਬੁਲਾ ਲਿਆ ਤੇ ਮੈਂ ਜਾਣ ਦੀ ਇਜਾਜ਼ਤ ਦਿੱਤੀ। ਅੰਮ੍ਰਿਤਸਰ ਸੰਗਰੂਰ ਵਾਲੀਆਂ ਕੁੜੀਆਂ ਨੇ ਵਿਆਹ ਵਾਲੀ ਕੁੜੀ ਨੂੰ ਨਾਲ ਲੈ ਕੇ ਗਿੱਧਾ ਪਾਉਣਾ ਸ਼ੁਰੂ ਕਰ ਦਿੱਤਾ। ਬੱਸ ਫਿਰ ਕੀ ਸੀ ਸਾਰਾ ਆਲਮ ਝੂਲ ਝੂਮ ਉਠਿਆ। ਆਲਾ ਦਵਾਲਾ ਜੀ ਚੁਗਿਰਦਾ ਜਿਹੜਾ ਝੂਮ ਉਠਿਆ। ਵੀਨਾ ਰਾਣੀ ਨੇ ਬੋਲੀ ਪਾ ਦਿੱਤੀ। ਮੈਨੂੰ ਵਿਆਹ ਦੇ ਅੰਮੀਏ ਨਹੀਂ ਮੈਂ ਕੋਠੇ ਜਿੱਡੀ ਹੋਈ। ਇਸ ਬੋਲੀ ਤੇ ਵਿਆਨਦੜ ਕੁੜੀ ਵੀ ਖੂਬ ਨੱਚੀ। ਫਿਰ ਉਹਨਾਂ ਨੇ ਸਾਰਿਆਂ ਨੂੰ ਫਲਾਂ ਦਾ ਰਸ ਭੇਂਟ ਕੀਤਾ। ਤੀਬਤੀਆਂ ਦੀ ਕੁੜੀ ਕਿਵੇਂ ਹੋ ਜੂ ਕੋਠੇ ਜਿੱਡੀ 2 2 ਫੁੱਟ ਦੇ ਕੱਦ ਨੇ ਉਹਨਾਂ ਦੇ ਗੁਰਦਰਸ਼ਨ ਨੇ ਉਸ ਦੀ ਗੱਲ ਟੋਕੀ ਜਿੱਦੇ ਜਿੱਦੇ ਇਹਨਾਂ ਦੇ ਕੋਠੇ ਨੇ ਉਸ ਮੁਤਾਬਕ ਤਾਂ ਠੀਕ ਹੈ ਮੈਂ ਇਸ ਦਲੀਲ ਨਾਲ ਗੱਲ ਖਤਮ ਕਰਕੇ ਆਪਣੀ ਰਜਾਈ ਦੱਬ ਲਈ ਇਹ ਸੀ ਪਿਆਰੇ ਵਿਦਿਆਰਥੀਓ ਪਾਠ ਹੈ ਜੀ ਪਛੋ ਦੀਆਂ ਪੈਨ ਕਨੀਆਂ ਜਿਦੇ ਵਿੱਚ ਟਰੈਕਿੰਗ ਦੇ ਅਨੁਭਵ ਬਾਰੇ ਦੱਸਿਆ ਸੋਲਾਂਘਵਾਦੀ ਦੇ ਬਾਰੇ ਦੱਸਿਆ ਪੂਸ਼ਲ ਟੋਟੇ ਦੇ ਬਾਰੇ ਦੱਸਿਆ ਪ੍ਰੀਤਮ ਰੂਪਾਲ ਦੀ ਰਚਨਾ ਜੀ ਸਾਹਿਤਿਕ ਕਿਰਨਾ 2 ਬੁੱਕ ਦੇ ਵਿੱਚ ਹੈ ਜੋ 10ਵੀਂ ਜਮਾਤ ਦੀ ਬੁੱਕਾ ਦੇ ਵਿੱਚ ਦਰਜ ਹੈ ਹੁਣ ਮੇਨ ਚੀਜ਼ ਹੈ ਜੀ ਇਹਦੇ ਵਿੱਚ ਟਿੱਪਣੀ ਹੈ ਠੀਕ ਹੈ ਜੀ ਟਿੱਪਣੀ ਬਾਰੇ ਦੇਖਦੇ ਹਾਂ ਤਾਂ ਲੇਖਕ ਨੇ ਇਸ ਵਾਰਤਕ ਵਿੱਚ ਟਰੈਕਿੰਗ ਬਾਰੇ ਟਿੱਪਣੀ ਦੇ ਵਿੱਚ ਉਹ ਪਿਆਰੇ ਵਿਦਿਆਰਥੀਓ ਬਹੁਤ ਪ੍ਰਸ਼ਨ ਪੁੱਛੇ ਜਾਂਦੇ ਨੇ ਤਾਂ ਲੇਖਕ ਨੇ ਟਰੈਕਿੰਗ ਦੇ ਬਾਰੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ ਹੈ ਤਾਂ ਇਹ ਵੀ ਪੁੱਛ ਲਿਆ ਜਾਂਦਾ ਕਿ ਕਿਹੜਾ ਪਾਠ ਹੈ ਜੋ ਇਹ ਟਲਿਖਾਂ ਵਿੱਚੋਂ ਕਿਹੜਾ ਪਾਠ ਹੈ ਟਰੈਕਿੰਗ ਦੇ ਨਾਲ ਸੰਬੰਧਿਤ ਹੈ ਉਹ ਹੈ ਜੀ ਪਛੋ ਦੀਆਂ ਪੈਨ ਕਨੀਆਂ ਟ੍ਰੈਕਿੰਗ ਗਰੁੱਪ ਦੀਆਂ ਕੁੜੀਆਂ ਦੀ ਹਿੰਮਤ ਵਿਹਾਰ ਅਤੇ ਮੌਸਮ ਬਾਰੇ ਬਹੁਤ ਹੀ ਨਵੇਕਲੇ ਢੰਗ ਨਾਲ ਲੇਖ ਤਿਆਰ ਕਰਕੇ ਟ੍ਰੈਕਿੰਗ ਦੇ ਰੂਬਰੂ ਕਰਵਾਇਆ ਹੈ ਟ੍ਰੈਕਿੰਗ ਦੇ ਇਲਾਕੇ ਦੇ ਵਿੱਚ ਆਉਣ ਵਾਲੀਆਂ ਇਮਾਰਤਾਂ ਜੰਗਲ ਕੁਦਰਤੀ ਨਜ਼ਾਰੀਆਂ ਅਤੇ ਲੋਕਾਂ ਬਾਰੇ ਵੀ ਚੰਗੀ ਜਾਣਕਾਰੀ ਦਿੱਤੀ ਗਈ ਹੈ ਗਰੁੱਪ ਕਮਾਂਡਰ ਦੇ ਆਦੇਸ਼ ਨੂੰ ਮੰਨਣ ਬਾਰੇ ਦੱਸ ਕੇ ਲੇਖਕ ਨੇ ਇੱਕ ਸੁਨੇਹਾ ਵੀ ਦਿੱਤਾ ਭਾਵੇਂ ਬਾਦ ਵਿੱਚ ਉਹ ਆਪਣੇ ਆਦੇਸ਼ ਦੀ ਸ਼ਕਤੀ ਨੂੰ ਮਹਿਸੂਸ ਕਰਕੇ ਅਖਬਾਰ ਕੱਢਣ ਵਾਲੇ ਗਰੁੱਪ ਨਾਲ ਨਿਮਰਤਾ ਨਾਲ ਨਿਮਰਤਾ ਵੀ ਦਿਖਾਉਂਦਾ ਹੈ ਤਾਂ ਇਸ ਘਟਨਾ ਤੋਂ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਬਾਰੇ ਵੀ ਪਤਾ ਚੱਲਦਾ ਹੈ ਕਿ ਕਿਸੇ ਅਨੁਭਵੀ ਦੇ ਸਾਥ ਵਿੱਚ ਰਹਿ ਕੇ ਮਨੁੱਖ ਤਜਰਬੇਕਾਰ ਬਣਦਾ ਹੈ ਠੀਕ ਹੈ ਜੀ ਇਹ ਤੋਂ ਸਿੱਖਣ ਸਿਖਾਉਣਾ ਜੋ ਟਰਨਿੰਗ ਪ੍ਰੋਸੈਸ ਹੈ ਉਹ ਤੋਂ ਪਤਾ ਲੱਗਦਾ ਆਪਾਂ ਨੂੰ ਕਿ ਕਿਸੇ ਅਨੁਭਵੀ ਵਿਅਕਤੀ ਦੇ ਸਾਥ ਵਿੱਚ ਰਹਿ ਕੇ ਹੀ ਮਨੁੱਖ ਹੈ ਜੋ ਉਹ ਤਜਰਬੇਕਾਰ ਬਣ ਸਕਦਾ ਤਾਂ ਪਿਆਰੇ ਵਿਦਿਆਰਥੀਓ ਇਹ ਸੀ ਚੈਪਟਰ ਹੈ ਜੋ ਪਛੋੜ ਦੀਆਂ ਪਹਿਨ ਕੇ ਨਹੀਂ ਉਮੀਦ ਕਰਦਾ ਕਿ ਤੁਹਾਨੂੰ ਜਰੂਰ ਸਮਝ ਆ ਗਿਆ ਹੋਵੇਗਾ ਇਹ ਥਿਉਰੀ ਲੈਕਚਰ ਨੇ ਜੀ ਥਿਉਰੀ ਲੈਕਚਰ ਦੇ ਨਾਲ ਨਾਲ ਹੈ ਜੋ ਨਵੀਂ ਜਮਾਤ ਦੀ 10ਵੀਂ ਜਮਾਤ ਦੇ ਜੋ ਥਿਉਰੀ ਲੈਕਚਰ ਨੇ ਨਾਲ ਨਾਲ ਹੈ ਜੋ ਐਮਸੀਕਿਊਜ਼ ਪ੍ਰਸ਼ਨ ਹੈ ਜੋ ਉਹ ਵੀ ਤੁਸੀਂ ਸਾਡੇ YouTube ਚੈਨਲ ਦੇ ਉੱਪਰ ਦੇਖ ਸਕਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ